आगू मोहरे ला दिए भी जे इधरले पासे हल्ला बोले तो इहदी अगवाई ये करनगे, जे इधर हल्ला बोले तो इहदी अगवाई ये करनगे। मैं स्टेज दे उत्ते ये गल भी कहना जरूर चाहूंगा कि जूनियर दे विच जिन्हां दी लीडरशिप पहला निठली निकमी उदासीन हो चुकी थी, अज उन्होंने बड़ा दुख हो रहा कि किसान जड़े आगे वध के मजदूर किसान अगे वध के अंदोलन सिरे ला रहे हैं, अपने हकों के हितों की लड़ाई लड़ रहे हैं। और हक हित कहे ने असं की कहने दो गल्लां सारियां सारिया दो गल्लां तुसी जानते हो। मैं रिपीट सिर्फ रिपीट करना चाहना भी एक जेड़ा तुसी सानू बेसिक रेट दिता ते लमसम सारा कुछ बिच मिला के दिता ओनू और जेड़ा मिस नंबर कट के दूजा रेट वधा के दिने हो आर्बिट्रेटर दे लिजा के सानू यकमुश्त अवार्ड करा के साडे जेड़े बणदे यूनिफॉर्म जेड़ा अवार्ड करा के सानू तुसी पैसे दे दो, गल मुक गई। दूसरियां गल्लां जिहड़ियां ने उह साडियां इह ने, असीं इह नहीं चाहुंदे कि देश विकास नहीं करना चाहुंदे, असीं इह नहीं चाहुंदे कि असीं जमीन नहीं देना चाहुंदे। क्यों इह असीं देना चाहुंदे, पर साडे जेड़े आ ना पुरखियां ने जमीनां जिद्दां बणा भुखे नंगे रह के सानू पता बेट वालिया नूं पुछो जाके किवें भुखे नंगे रह के उन्होंने बूचे सरवाड़ बड़े बड़े नाले बड़े बड़िया चो पदरे कर करके इत्थे तक आए आ कि चज नाल कपड़ा पाउणा नहीं मिलिया, चज नाल खाणा नहीं मिलिया। ओह अज साडे कोल इदां नहीं लिजा सकणगे, साडियां छातियां दे उत्ते लैके जाणगे, इदां नहीं हो सकूगा। तो साडियां बाकी मंगा की ने भी साडी जे धरती दो फाट हुंदी आ जमीन दो फाट हुंदी आ उहदा कोई सर बसरोड़ दूजिया पुलिया सानू दे दौ, तीजा सानू भाई ये छोटी छोटिया होर कुछ मंगा ने मोटर के कनैक्शन के ये गल्ला है। तो इस करके इन्हों गलों सरकार मोहरे कोई गल नहीं होंगी, ये कोई वड्डिया गल्ला नहीं होंगे जे करना चाहो, क्योंकि सरकार का मगज से दिमाग खराब आ। तो क्यों जो असी साडे लोग जड़े ने साडे जड़े पेंडू लोग ने वो छलावे दे विच मनी माफिया मीडिया दे विच पिछे ला के वोटा पा आते हैं फिर पछताते हैं। अज उ वोटा पाने वाले ने आ संगरूर के रिजल्ट दस रहे हैं 44-34% सारे वोट पाउण गए ने, इन्ने दुखी रहे ने सरकार तो क्यों नहीं पाउण गए, क्यों उन्होंने जो उन्होंने छलावा किया सी वो ते खरे नहीं उतरे। ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦਾ ਜਨਰਲ ਸਕੱਤਰ ਤੁਸੀਂ ਭਾਰਤੀ ਕਿਸਾਨ ਰੋਡ ਯੂਨੀਅਨ ਦੇ ਜਨਰਲ ਸਕੱਤਰ ਹੋ ਤੇ ਜੇਕਰ ਗੱਲ ਕਰੀਏ ਸੰਯੁਕਤ ਮੋਰਚਾ ਅੰਦੋਲਨ ਦੀ ਜਿਸ ਸਮੇਂ ਸੰਯੁਕਤ ਮੋਰਚਾ ਫਤਿਹ ਹੋ ਕੇ ਦਿੱਲੀ ਤੋਂ ਉੱਠਿਆ ਸੀ ਕਿ ਇਹ ਜਿਹੜਾ ਧਰਨੇ ਚੱਲ ਰਹੇ ਨੇ ਤੁਹਾਡੇ ਰੋਡ ਦੇ ਇਹ ਤਾਂ ਆਲਰੇਡੀ ਪਹਿਲਾਂ ਵੀ ਚੱਲ ਰਹੇ ਸੀ, ਉਸ ਸਮੇਂ ਤੁਸੀਂ ਨਹੀਂ ਸੀ ਡਿਸਕਸ ਕਰਿਆ ਇਹ ਮੁੱਦਾ, ਉਸ ਸਮੇਂ ਨਹੀਂ ਸੀ ਚੁੱਕਿਆ ਸੀਗਾ ਜੀ। ਜਿਹੜੀਆਂ ਸਾਡੀਆਂ ਵੱਡੀਆਂ ਜਥੇਬੰਦੀਆਂ ਸੀਗੀਆਂ ਉਹ ਦਿੱਲੀ ਬੈਠੀਆਂ ਸੀਗੀਆਂ, ਅਸੀਂ ਆਪਣੇ ਲੈਵਲ ਤੇ ਸਰਕਾਰ ਨਾਲ ਲੜ ਰਹੇ ਸੀਗੇ, ਸਰਕਾਰ ਸਾਨੂੰ ਲਾਰੇ ਲਾਈ ਜਾਂਦੀ ਸੀਗੀ ਪਰ ਉਦੋਂ ਸਰਕਾਰ ਵੀ ਸਮਾਂ ਲੰਘਾਉਂਦੀ ਸੀਗੀ ਤੇ ਹੁਣ ਜਦੋਂ ਸਰਕਾਰ ਐਕਸ਼ਨ 'ਚ ਆ ਗਈ ਤਾਂ ਜਥੇਬੰਦੀਆਂ ਵੀ ਦਿੱਲੀ ਤੋਂ ਫਤਿਹ ਕਰਕੇ ਇੱਥੇ ਆ ਗਈਆਂ ਤੇ ਹੁਣ ਅਸੀਂ ਵੀ ਫਿਰ ਉਹਦਾ ਵਿਰੋਧ ਕਰ ਰਹੇ ਹਾਂ ਜ਼ੋਰ ਨਾਲ। ਤੇ ਹੁਣ ਤੁਸੀਂ ਆਪਾਂ ਪਿੰਡ ਜਿਵੇਂ ਕੋਟਾਗਾ ਦੇ ਵਿੱਚ ਖੜੇ ਆ, ਇੱਥੋਂ ਦੇ ਜਿਹੜੇ ਕਿਸਾਨ ਵੀਰ ਨੇ ਉਹ ਕੀ ਮੰਗ ਕਰ ਰਹੇ ਨੇ? ਕਿਸਾਨ ਵੀਰ ਇਹ ਮੰਗ ਕਰਦੇ ਆ ਜੀ ਵੀ ਜੇ ਸਰਕਾਰ ਜ਼ਮੀਨ ਚਾਹੁੰਦੀ ਆ, ਪਹਿਲੀ ਗੱਲ ਤਾਂ ਸਾਨੂੰ ਇਹਨਾਂ ਰੋਡਾਂ ਦੀ ਲੋੜ ਹੀ ਹੈ ਨਹੀਂ ਪੰਜਾਬ ਦੇ ਵਿੱਚ, ਇਹ ਰੋਡ ਦੇ ਨਾਲ ਪੰਜਾਬ ਦਾ ਨੁਕਸਾਨ ਬਹੁਤ ਹੋਊਗਾ, ਆਲੇ ਦੁਆਲੇ ਲੱਖਾਂ ਕਿਸਾਨ ਇਹਦੇ ਨਾਲ ਪ੍ਰਭਾਵਿਤ ਹੋਣਗੇ। ਪਰ ਜੇ ਸਰਕਾਰ ਵਿਕਾਸ ਦੇ ਨਾਂ ਤੇ ਫਿਰ ਵੀ ਲੈਣਾ ਚਾਹੁੰਦੀ ਆ, ਘੱਟੋ ਘੱਟ ਸਾਨੂੰ ਮੁਆਵਜ਼ਾ ਜਿਹੜਾ ਪੂਰਾ ਮਿਲਣਾ ਚਾਹੀਦਾ। ਸਰਕਾਰ ਤਾਂ ਕਲੈਕਟਰ ਰੇਟ ਤੇ ਦੇ ਰਹੀ ਹੈ, ਕਲੈਕਟਰ ਰੇਟ ਸਾਡਾ ਤਾਂ ਰੇਟ ਹੀ ਹੈ ਨਹੀਂ, ਉਹ ਤਾਂ ਸਰਕਾਰ ਦੀ ਸਟੈਂਪ ਡਿਊਟੀ ਦਾ ਰੇਟ ਹੈ, ਜ਼ਮੀਨ ਦਾ ਰੇਟ ਤਾਂ ਹੈ ਨਹੀਂਗਾ। ਜ਼ਮੀਨ ਦਾ ਰੇਟ ਤਾਂ ਸਾਡੇ 30-35 ਤੋਂ 35 ਲੱਖ ਰੁਪਏ ਕਿੱਲੇ ਦਾ ਰੇਟ ਹੈ। ਕਾਨੂੰਨ ਇਹ ਕਹਿ ਰਿਹਾ ਵਾ ਵੀ ਮਾਰਕੀਟ ਰੇਟ ਨਾਲੋਂ ਕਿਸਾਨਾਂ ਨੂੰ 4 ਗੁਣਾ ਵਧਾ ਕੇ ਦਿਓ, ਇਹਨਾਂ ਨੇ ਪਹਿਲਾਂ ਤਾਂ ਕਲੈਕਟਰ ਰੇਟ ਘੱਟ ਕਰੀ ਜਾਏ ਤੇ ਹੁਣ ਘੱਟ ਕਰਕੇ ਬਿਲਕੁਲ 12 ਲੱਖ ਰੁਪਏ ਕਿੱਲੇ ਦੀ ਕੀਮਤ ਮਿਥ ਕੇ ਇਹਨਾਂ ਨੇ ਸਾਨੂੰ ਰੇਟ ਦਾ ਜ਼ਮੀਨ ਦਾ ਰੇਟ ਦਿੱਤਾ। ਜਿਸ ਤਰ੍ਹਾਂ ਅੱਜ ਜੋਗਿੰਦਰ ਸਿੰਘ ਉਗਰਾਹਾਂ ਜੀ ਨੇ ਸਟੇਜ ਤੋਂ ਕਿਹਾ ਕਿ ਜਿਨ੍ਹਾਂ ਦੇ ਕੱਲ੍ਹ ਪ੍ਰਸ਼ਾਸਨ ਨੇ ਝੋਲਨੇ ਦੀ ਜਿਹੜੀ ਫਸਲ ਹੈ ਜਿਹਦੇ ਉੱਤੇ ਕਬਜ਼ਾ ਕੀਤਾ ਵਾਹੀ ਕਰ ਦਿੱਤੀ ਹੈ ਉਹ ਫਸਲ ਦੁਬਾਰਾ ਬੀਜੀ ਜਾਏ, ਮੰਨ ਲਓ ਫਸਲ ਜੇਕਰ ਕਿਸਾਨਾਂ ਨੇ ਦੁਬਾਰਾ ਬੀਜਣੀ ਸ਼ੁਰੂ ਕੀਤੀ ਤੇ ਫਿਰ ਪ੍ਰਸ਼ਾਸਨ ਨੇ ਆ ਕੇ ਉਹਨਾਂ ਨਾਲ ਧੱਕਾ ਕੀਤਾ, ਫਿਰ ਤੁਹਾਡੀ ਕੀ ਕਾਰਵਾਈ ਹੋਏਗੀ? ਸੰਘਰਸ਼ ਕਰਾਂਗੇ ਜੀ, ਜਥੇਬੰਦੀਆਂ ਸਾਡੇ ਨਾਲ ਨੇ, ਸਾਰਾ ਕਿਸਾਨ ਮੋਰਚਾ ਅਗਰਾਹਾਂ ਜਥੇਬੰਦੀ ਸਾਨੂੰ ਸਪੋਰਟ ਹੈ, ਸਾਰੀਆਂ ਜਥੇਬੰਦੀਆਂ ਪੂਰਾ ਪੰਜਾਬ ਸਾਡੇ ਨਾਲ ਡਟ ਕੇ ਖੜਾ, ਲੋੜ ਪਈ ਤਾਂ ਬਾਕੀ ਦੇਸ਼ ਦੇ ਕਿਸਾਨ ਵੀ ਸਾਡੇ ਨਾਲ ਖੜਨਗੇ, ਅਸੀਂ ਪੂਰਾ ਮੁਆਵਜ਼ਾ ਲੈ ਬਿਨਾਂ ਜ਼ਮੀਨ ਨਹੀਂ ਛੱਡਾਂਗੇ। ਤੁਹਾਨੂੰ ਲੱਗਦਾ ਹੈ ਕਿ ਸੰਯੁਕਤ ਮੋਰਚਾ ਅੰਦੋਲਨ ਤੋਂ ਬਾਅਦ ਇੱਕ ਵਾਰੀ ਫਿਰ ਦੁਬਾਰਾ ਕਿਸਾਨ ਜਥੇਬੰਦੀਆਂ ਆਪਣਾ ਜਿਹੜਾ ਰੁਤਬਾ ਆ ਉਸੇ ਤਰ੍ਹਾਂ ਕਾਇਮ ਕਰ ਲੈਣਗੀਆਂ?
बिल्कुल पहले ही कायम है जी, असीं तां पहले ही कायम बैठे हां, लेकिन सरकार ने सानू बाहर कढ लिया भी आओ मोर्चे लाओ।